ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਅੱਜ ਸਾਡਾ ਪੰਜਾਬੀ ਦਾ ਪਹਿਲਾ ਪ੍ਰਸ਼ਨ, ਡਾਕਟਰ ਨਰਿੰਦਰ ਕਪੂਰ ਇਹਨਾਂ ਦੀ ਜੋ PhD ਸੀ ਉਸ ਦਾ ਵਿਸ਼ਾ ਕੀ ਸੀ? ਪੰਜਾਬੀ ਪੱਤਰਕਾਰੀ ਦਾ ਵਿਕਾਸ, ਇਹ ਪ੍ਰਸ਼ਨ ਤੁਹਾਨੂੰ ਪੁੱਛਿਆ ਜਾ ਸਕਦਾ। ਡਾਕਟਰ ਨਰਿੰਦਰ ਕਪੂਰ ਦੀ PhD ਦਾ ਵਿਸ਼ਾ ਪੰਜਾਬੀ ਪੱਤਰਕਾਰੀ ਦਾ ਵਿਕਾਸ। ਡਾਕਟਰ ਨਰਿੰਦਰ ਕਪੂਰ ਦੀਆਂ ਕਾਫੀ ਕਿਤਾਬਾਂ, ਰਾਹ ਰਸਤੇ, ਦਰ ਦਰਵਾਜ਼ੇ, ਆਹਮੋ ਸਾਹਮਣੇ, ਤਰਕ ਵੇਦ, ਖਿੜਕੀਆਂ, ਤੁਸੀਂ ਕੋਈ ਵੀ ਇੱਕ ਕਿਤਾਬ ਇਹਨਾਂ ਦੀ ਲੈ ਕੇ ਜ਼ਰੂਰ ਪੜ੍ਹੋ, ਠੀਕ ਹੈ? ਤੁਹਾਡਾ ਜੋ ਸੋਚਣ ਦਾ ਢੰਗ ਤਰੀਕਾ ਉਹ ਵੀ ਬਦਲ ਜਾਏਗਾ ਅਤੇ ਤੁਹਾਨੂੰ ਪੜ੍ਹਨਾ ਵੀ ਆ ਜਾਏਗਾ ਅਤੇ ਤੁਹਾਡਾ ਪੜ੍ਹਨ ਨੂੰ ਮਨ ਵੀ ਕਰੇਗਾ। ਇਹਨਾਂ ਦੀ ਇੱਕ ਕਿਤਾਬ ਹੈ ਰਾਹ ਰਸਤੇ, ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਤੁਹਾਡੀ ਲਾਈਫ ਆ ਜਿਹੜੀ ਥੋੜ੍ਹੀ ਬਹੁਤ ਚੇਂਜ ਹੋ ਜਾਏਗੀ। ਅਤੇ ਜਿਨ੍ਹਾਂ ਨੇ ਇਹ ਕਿਤਾਬਾਂ ਪੜ੍ਹੀਆਂ ਉਹ ਸਭ ਜਾਣਦੇ ਆ, ਠੀਕ ਹੈ, ਨਰਿੰਦਰ ਕਪੂਰ ਜੀ ਨੂੰ ਚੰਗੀ ਤਰ੍ਹਾਂ ਹੀ ਜਾਣਦੇ ਆ। ਅਤੇ ਜਿਨ੍ਹਾਂ ਨੇ ਅਜੇ ਤੱਕ ਕੋਈ ਕਿਤਾਬ ਨਹੀਂ ਪੜ੍ਹੀ ਉਹ ਹਰ ਹਾਲਤ ਦੇ ਵਿੱਚ ਪੜ੍ਹੋ। ਡਾਕਟਰ ਨਰਿੰਦਰ ਸਿੰਘ ਕਪੂਰ ਕਾਫੀ ਵੱਡਾ ਨਾਮ ਹੈ ਜੀ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਦਾ। ਅਤੇ ਤੁਹਾਨੂੰ ਇੱਕ ਜਾਂ ਦੋ ਪ੍ਰਸ਼ਨ ਡਾਕਟਰ ਨਰਿੰਦਰ ਕਪੂਰ ਜੀ ਉੱਪਰ ਪੁੱਛੇ ਹੀ ਜਾਣਗੇ। ਜੇਕਰ ਤੁਸੀਂ ਇਹਨਾਂ ਦੀ ਇੱਕ ਅੱਧੀ ਕਿਤਾਬ ਪੜ੍ਹ ਲਓਗੇ ਤਾਂ ਤੁਸੀਂ ਇਹਨਾਂ ਦੇ ਕਾਫੀ ਜੋ ਪ੍ਰਸ਼ਨ ਆ ਉਹਨਾਂ ਦੇ ਉੱਤਰ ਦੇਣ ਦੇ ਕਾਬਲ ਹੋ ਜਾਓਗੇ, ਪੇਪਰ ਦੇ ਸੰਬੰਧ ਤੋਂ ਵੀ ਅਤੇ ਲਾਈਫ ਦੇ ਸੰਬੰਧ ਤੋਂ ਵੀ। ਡਾਕਟਰ ਨਰਿੰਦਰ ਕਪੂਰ ਨੂੰ ਇੱਕ ਵਾਰ ਜ਼ਰੂਰ ਪੜ੍ਹੋ ਤੁਸੀਂ। ਵਿਕਰੋਕਤੀ ਦਾ ਸੰਕਲਪ ਕਿਸ ਨੇ ਪੇਸ਼ ਕੀਤਾ? ਜੋ ਵਰਕ ਉਕਤੀ ਹੈ ਇਸ ਦਾ ਸੰਕਲਪ ਪੇਸ਼ ਕੀਤਾ ਕੁੰਤਕ ਨੇ। ਮੈਂ ਪਹਿਲਾਂ ਯਾਦ ਕਰਦਾ ਹੁੰਦਾ ਸੀ ਇਸ ਤਰ੍ਹਾਂ ਕਿ ਇਸ ਦੇ ਵਿੱਚ ਦੋ ਕੱਕੇ ਆ ਅਤੇ ਕੁੰਤਕ ਦੇ ਵਿੱਚ ਦੋ ਕੱਕੇ ਆ, ਫਿਰ ਹੋ ਗਿਆ ਵਰਕ ਉਕਤੀ ਦਾ ਸੰਬੰਧ ਕੁੰਤਕ ਦੇ ਨਾਲ। ਪਰ ਜਦੋਂ ਆਪਾਂ ਹੌਲੀ ਹੌਲੀ ਉਮਰ ਦੇ ਲਿਹਾਜ਼ ਨਾਲ ਥੋੜ੍ਹੇ ਜਿਹੇ ਵੱਡੇ ਹੁੰਦੇ ਜਾਂਦੇ ਹਾਂ ਅਤੇ ਵਾਰ ਵਾਰ ਦੁਹਰਾਈ ਕਰਦੀਆਂ ਚੀਜ਼ਾਂ ਦੀ, ਫਿਰ ਸਾਨੂੰ ਇਸ ਤਰ੍ਹਾਂ ਯਾਦ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਆਪਣੇ ਆਪ ਹੀ ਸਮਝ ਆ ਜਾਂਦਾ ਸਾਰਾ ਕੁਝ। ਤੁਸੀਂ ਪਹਿਲੀ ਵਾਰ ਜਿਸ ਤਰ੍ਹਾਂ ਮਰਜ਼ੀ ਯਾਦ ਕਰੋ ਪਰ ਵਾਰ ਵਾਰ ਜਦੋਂ ਤੁਸੀਂ ਦੁਹਰਾਈ ਕਰੋਗੇ ਇਹਨਾਂ ਚੀਜ਼ਾਂ ਦੇ ਨਾਲ ਜੁੜ ਜਾਓਗੇ, ਫਿਰ ਤੁਹਾਨੂੰ ਯਾਦ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ ਪੈਣੀ, ਆਪਣੇ ਆਪ ਹੀ ਯਾਦ ਰਹੇਗਾ ਤੁਹਾਡੇ। ਅਗਲਾ ਪ੍ਰਸ਼ਨ ਆ, ਹਾਏ ਤੇਰਾ ਚੰਚਲ ਚੰਚਲ ਜਿਸਮ ਧੀਏ ਮੋਰਨੀ ਹੈ ਕੀ ਹੈ? ਇਹ ਹੈਗੀ ਆ ਜੀ ਅਲਾਉਣੀ। ਮੈਂ ਅਲਾਉਣੀਆਂ ਦੋਨੇ ਹੀ ਪੜ੍ਹੀਆਂ, ਮੁੰਡਿਆਂ ਨਾਲ ਸੰਬੰਧਿਤ ਅਤੇ ਧੀਆਂ ਨਾਲ ਸੰਬੰਧਿਤ, ਅਤੇ ਕਾਫੀ ਜ਼ਿਆਦਾ ਫਰਕ ਮਿਲਿਆ। ਬਸ ਤੁਸੀਂ ਇਹ ਯਾਦ ਰੱਖੋ ਕਿ ਤੇਰਾ ਚੰਚਲ ਚੰਚਲ ਜਿਸਮ ਧੀਏ ਮੋਰਨੀ ਹੈ ਅਲਾਉਣੀ ਹੈ, ਇਸ ਤੋਂ ਬਾਅਦ ਪੇਪਰ ਨਾਲ ਸੰਬੰਧਿਤ ਗੱਲਾਂ ਨਹੀਂ ਦੱਸ ਰਿਹਾ। ਜਦੋਂ ਦੋਨਾਂ ਨੂੰ ਮੈਂ ਪੜ੍ਹਿਆ ਮੁੰਡੇ ਨਾਲ ਸੰਬੰਧਿਤ, ਜਦੋਂ ਅਲਾਉਣੀ ਸੀ ਉਸ ਦੇ ਵਿੱਚ ਸਿਫਤ ਦੇ ਵਿੱਚ ਵਿੱਚ ਵੀ ਇੱਕ ਗਮ ਸੀ, ਪਰ ਜਦੋਂ ਧੀ ਮਰੀ ਤੋਂ ਬਾਅਦ ਅਲਾਉਣੀ ਪਾਈ ਜਾਂਦੀ ਇਹਦੇ ਵਿੱਚ ਇੱਕ ਪਖੰਡ ਸੀ, ਜਾਣ ਬੁੱਝ ਕੇ ਰੋਣ ਦਾ ਨਾਟਕ ਸੀ ਕਿ ਅੰਦਰ ਖਾਤੇ ਥੋੜ੍ਹੀ ਜਿਹੀ ਖੁਸ਼ੀ ਵੀ ਹੋ ਰਹੀ ਹੈ ਕਿ ਚਲੋ ਮਰ ਗਈ, ਅਤੇ ਮੁੰਡੇ ਦੇ ਮਰਨ 'ਤੇ ਕਾਫੀ ਜ਼ਿਆਦਾ ਜੋ ਗਹਿਰਾ ਗਮ ਦਿਖਾਈ ਦਿੰਦਾ ਅਲਾਉਣੀਆਂ ਦੇ ਵਿੱਚ, ਉਸਦੀ ਚੌਧਰ, ਉਸਦੇ ਬਿਨਾਂ ਜੋ ਚੀਜ਼ਾਂ ਸੁੰਨੀਆਂ ਹੋ ਗਈਆਂ ਉਹਨਾਂ ਦੀ ਚਰਚਾ ਕੀਤੀ ਜਾਂਦੀ ਹੈ, ਅਤੇ ਧੀ ਮਰੇ ਤੋਂ ਬਾਅਦ ਇੱਕ ਬਨੌਟੀਪਨ ਵਾਲੀਆਂ ਜੋ ਤੁਕਾਂ ਜੀਆਂ ਮਿਲਦੀਆਂ ਸਾਨੂੰ, ਇਹ ਫਰਕ ਸ਼ੁਰੂ ਤੋਂ ਹੀ ਕੀਤਾ ਜਾਂਦਾ, ਠੀਕ ਹੈ ਜੀ। ਪੇਪਰ ਦੇ ਸੰਬੰਧ ਤੋਂ ਨਹੀਂ, ਬਸ ਤੁਸੀਂ ਯਾਦ ਰੱਖੋ ਹਾਏ ਤੇਰਾ ਚੰਚਲ ਚੰਚਲ ਜਿਸਮ ਧੀਏ ਮੋਰਨੀ ਹੈ ਕੀ ਹੈ ਅਲਾਉਣੀ। ਆਸਾ ਸਿੰਘ ਮਸਤਾਨਾ ਦਾ ਸੰਬੰਧ ਗਾਇਕੀ ਹੈ ਜੀ, ਇਹ ਹੈਗੀ ਆ ਲੋਕ ਗਾਇਕੀ, ਇਹ ਤੁਸੀਂ ਯਾਦ ਰੱਖੋ ਆਸਾ ਸਿੰਘ ਮਸਤਾਨਾ ਦਾ ਸੰਬੰਧ ਸੀ ਲੋਕ ਗਾਇਕੀ ਦੇ ਨਾਲ। ਸਾਹਿਤ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਕਿਸ ਨੇ ਕੀਤੀ ਸੀ? ਇਹ ਕੀਤੀ ਸੀ ਰਾਜਸ਼ੇਖਰ। ਸਾਹਿਤ ਸ਼ਬਦ ਦੀ ਵਰਤੋਂ ਰਾਜਸ਼ੇਖਰ ਨੇ ਕੀਤੀ ਹੈ ਸਭ ਤੋਂ ਪਹਿਲਾਂ। ਪੁਰਾਤਨ ਸਮੇਂ ਵਿੱਚ ਗਦ ਪਦ ਮਤਲਬ ਵਾਰਤਕ ਅਤੇ ਕਿਵਤਾ, ਇਹਨਾਂ ਦੇ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਸੀ? ਇਹ ਵਰਤਿਆ ਜਾਂਦਾ ਸੀ ਕਾਵ, ਦੋਹਾਂ ਹੀ ਰੂਪਾਂ ਦੇ ਲਈ ਕਾਵ ਸ਼ਬਦ ਵਰਤਿਆ ਜਾਂਦਾ ਸੀ। ਬੱਚਾ ਘਰ ਆਉਂਦਿਆਂ ਹੀ ਰੋਣ ਲੱਗ ਗਿਆ, ਵਾਕ ਬਣ ਗਈ ਹੈ, ਇਹ ਹੈਗਾ ਮਿਸ਼ਰਤ ਵਾਕ। ਇੱਕ ਹੁੰਦਾ ਸੰਯੁਕਤ ਵਾਕ, ਸੰਯੁਕਤ ਵਾਕ ਇਸ ਤਰ੍ਹਾਂ ਬਣਨਾ ਸੀ ਬੱਚਾ ਘਰ ਆਇਆ ਅਤੇ ਰੋਣ ਲੱਗ ਗਿਆ, ਫਿਰ ਬਣ ਜਾਂਦਾ ਸੰਯੁਕਤ ਵਾਕ, ਕਿਉਂਕਿ ਦੋਨਾਂ ਹੀ ਵਾਕਾਂ ਨੂੰ ਅਸੀਂ ਅਲੱਗ ਕਰ ਸਕਦੇ ਹਾਂ। ਇੱਥੇ ਦੋਨਾਂ ਵਾਕਾਂ ਦਾ ਇੱਕ ਮਿਸ਼ਰਨ ਤਿਆਰ ਕੀਤਾ ਗਿਆ ਜਿਸ ਨੂੰ ਅਸੀਂ ਅਲੱਗ ਨਹੀਂ ਕਰ ਸਕਦੇ, ਬੱਚਾ ਘਰ ਆਉਂਦਿਆਂ ਹੀ ਰੋਣ ਲੱਗ ਗਿਆ, ਇਹ ਹੈ ਮਿਸ਼ਰਤ ਵਾਕ। ਜੀ ਆਇਆਂ ਨੂੰ ਵਾਕ, ਇਹ ਹੈਗਾ ਰੈਡੀਮੇਡ ਵਾਕ। ਪੰਜਾਬੀ ਦੇ ਕਿਹੜੇ ਵਿਅੰਜਨਾਂ ਦਾ ਸੁਰ ਬਦਲ ਜਾਂਦਾ ਹੈ? ਭੱਬਾ, ਧੱਦਾ, ਢੱਡਾ, ਝੱਜਾ ਅਤੇ ਘੱਗਾ। ਇਹ ਸੁਰ ਹੈ ਜੀ ਪੰਜਾਬੀ ਦੇ ਪੰਜ, ਅਤੇ ਇਹਨਾਂ ਦੀ ਜੋ ਆਵਾਜ਼ ਆ ਬਦਲ ਜਾਂਦੀ ਹੈ, ਢੱਡਾ, ਝੱਜਾ, ਘੱਗਾ ਅਤੇ ਧੱਦਾ ਅਤੇ ਭੱਬਾ। ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਵੋ। ਹੁਣ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਸੌਖਾ, ਪਰ ਪੇਪਰਾਂ ਦੇ ਵਿੱਚ ਕਾਫੀ ਜ਼ਿਆਦਾ ਉਲਝਾ ਕੇ ਪੁੱਛਿਆ ਜਾਵੇਗਾ ਅਤੇ ਫਿਰ ਤੁਸੀਂ ਉੱਥੇ ਗਲਤ ਨਹੀਂ ਕਰੋਨਾ। ਤੁਹਾਨੂੰ ਪਹਿਲਾਂ ਵੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਜਿਵੇਂ ਝੱਜਾ ਝਾੜੂ, ਅਤੇ ਝਾੜੂ ਦੀ ਬਜਾਏ ਜਦੋਂ ਅਸੀਂ ਇਸ ਨੂੰ ਝਾੜੂ ਬੋਲਦੇ ਹਾਂ ਤਾਂ ਚੱਚੇ ਦੀ ਆਵਾਜ਼ ਆਉਂਦੀ ਹੈ,
ਠੀਕ ਹੈ, ਇਹ ਕੀ ਆ ਸੁਰ ਬਦਲ ਜਾਂਦਾ। ਇਸੇ ਤਰ੍ਹਾਂ ਘੱਗਾ ਸਿੰਘ ਬੋਲਦੇ ਹਾਂ ਤਾਂ ਘੱਗੇ ਦੀ ਆਵਾਜ਼ ਦੀ ਬਜਾਏ ਸਾਨੂੰ ਮਿਲਦੀ ਆ ਗੱਗੇ ਦੀ ਆਵਾਜ਼, ਇਹ ਸੁਰ ਇਹਨਾਂ ਦੇ ਬਦਲ ਜਾਂਦੇ ਆ। ਪੱਟੀ ਕਾਵਿ ਰੂਪ ਕਿਸ ਭਾਸ਼ਾ ਦਾ ਹੈ? ਨਰੋਲ ਪੰਜਾਬੀ। ਇਸ ਤਰ੍ਹਾਂ ਪ੍ਰਸ਼ਨ ਤੁਹਾਨੂੰ ਨਹੀਂ ਪੁੱਛਿਆ ਜਾਵੇਗਾ, ਤੁਹਾਨੂੰ ਪੁੱਛਿਆ ਜਾਵੇਗਾ ਕਿ ਪੱਟੀ ਕਾਵਿ ਰੂਪ ਕਿਸ ਨਾਲ ਮਿਲਦਾ ਜੁਲਦਾ ਹੈ। ਫਿਰ ਤੁਸੀਂ ਸਤਵਾਰਾ ਜਾਂ ਅਠਵਾਰਾ ਜਾਂ ਬਾਰਾਂਵਾਂ ਇਹਨਾਂ ਦੇ ਨਾਲ ਨਹੀਂ ਮਿਲਾ ਦੇਣਾ। ਪੱਟੀ ਕਾਵਿ ਰੂਪ ਆ ਜਿਹੜਾ 52 ਅੱਖਰੀ ਅਤੇ ਸ਼ੀਰਫੀ ਦੇ ਨਾਲ ਮਿਲਦਾ। ਸਤਵਾਰਾ, ਬਾਰਾਂਵਾਂ ਜਾਂ ਅਠਵਾਰਾ ਦੇ ਨਾਲ ਨਾ ਮਿਲਾ ਦਿਓ, ਉਸ ਦੇ ਨਾਲ ਨਹੀਂ ਮਿਲਦਾ। ਇਹ ਮਿਲਦਾ 52 ਅੱਖਰੀ ਅਤੇ ਸ਼ੀਰਫੀ ਦੇ ਨਾਲ। ਭਾਰਤੀ ਦਰਸ਼ਨ ਸ਼ਾਸਤਰ ਦਾ ਸਭ ਤੋਂ ਪ੍ਰਸਿੱਧ ਸਿਲਸਿਲਾ ਕਿਹੜਾ ਹੈ? ਇਹ ਸਿਲਸਿਲਾ ਹੈਗਾ ਜੀ ਵੇਦਾਂਤ। ਇਹ ਸਭ ਤੋਂ ਪ੍ਰਸਿੱਧ ਸਿਲਸਿਲਾ ਇਹ ਹੈ ਭਾਰਤੀ ਦਰਸ਼ਨ ਸ਼ਾਸਤਰ ਦੇ ਨਾਲ ਸੰਬੰਧਿਤ। ਖੁੱਲ੍ਹੀ ਕਿਵਤਾ ਦੀ ਦਿੱਖ ਕਿਹੋ ਜਿਹੀ ਹੁੰਦੀ ਹੈ? ਇਹ ਹੁੰਦੀ ਆ ਵਾਰਤਕ ਵਰਗੀ। ਖੁੱਲ੍ਹੀ ਕਿਵਤਾ ਵਿੱਚ ਮੌਜੂਦ ਰਹਿੰਦੀ ਹੈ, ਲੈ ਮੌਜੂਦ ਰਹਿੰਦੀ ਹੈ ਜੀ ਇਸ ਦੇ ਵਿੱਚ, ਅਤੇ ਇਸ ਦੇ ਜੋ ਭਾਵ ਹੁੰਦੇ ਆ ਆਹ ਰੁੱਕ ਚੱਲਦੇ ਆ, ਮਤਲਬ ਰੁਕਦੇ ਨਹੀਂ। ਧੁਨੀ ਦੇ ਉਚਾਰ ਨਾਲ ਹੋਰ ਕਿਹੜਾ ਗੁਣ ਜਾਰੀ ਰਹਿੰਦਾ ਹੈ? ਧੁਨੀ ਦਾ ਜਦੋਂ ਉਚਾਰ ਹੁੰਦਾ ਇਸ ਦੇ ਨਾਲ ਜੋ ਸਰਵਣੀ ਗੁਣ ਹੈ ਇਹ ਵੀ ਨਾਲ ਨਾਲ ਹੀ ਚੱਲਦਾ। ਉਚਾਰ ਮਤਲਬ ਬੋਲਣਾ ਅਤੇ ਸਰਵਣੀ ਮਤਲਬ ਸੁਣਨਾ, ਇਹ ਦੋਨੇ ਨਾਲ ਨਾਲ ਚੱਲਦੇ ਆ। ਅਗਲਾ ਪ੍ਰਸ਼ਨ ਜੋ ਆਪਾਂ 4-5 ਵਾਰ ਪਹਿਲਾਂ ਕਰ ਚੁੱਕੇ ਹਾਂ, ਕੋਰਸ ਇਨ ਜਰਨਲ ਲਿੰਗੁਇਸਟਿਕ ਦਾ ਕਰਤਾ ਹੈ? ਸੱਸੀ ਊਰ। ਇਹ ਤੁਸੀਂ ਯਾਦ ਕਰ ਲਓ, ਹੁਣ ਆਪਾਂ ਇਸ ਤੋਂ ਬਾਅਦ ਨਹੀਂ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।